ਅਸਲਾਮ ਅਲੈਕਮ ਜੀ ਅਸਲਾਤ ਵ ਸਲਾਮ ਅਲੈਕਾ ਯਾ ਸੈਯਦੀ ਯਾ ਰਸੂਲ ਅੱਲਾ ਵਾ ਅਲਾ ਅਲੈਕਾ ਸਾਹਿਬ ਕਾ ਯਾ ਸੈਯਦੀ ਯਾ ਹਬੀਬ ਅੱਲਾ ਲਾ ਹੌਲ ਵ ਲਾ ਕੁਵਤ ਇਲਾ ਬਿਲਲਾ ਵੈਲਕਮ ਹੋ ਗਿਆ ਜੀ ਪਿਜਨ ਕਾਰਨਰ ਚੈਨਲ ਦੇ ਦੋਸਤੋ ਖੁਸ਼ ਆਮਦੀਦ ਹੋ ਗਿਆ ਜੀ ਲੋ ਜੀ ਭਾਈ ਜੀ ਦੋਸਤ ਮੈਨੂੰ ਕਹਿੰਦੇ ਸੀਗੇ ਜੇਠ ਲਈ ਪਰਵਾਜੀ ਉੜਿਆ ਕਬੂਤਰ ਵੀਰ ਜੀ ਗੱਲ ਇਹ ਆ ਆ ਜੇਠ ਦੇ ਉੜੇ ਹੋਏ ਪਰਵਾਜੀ ਕਬੂਤਰ ਆ ਭਰਾ ਜੀ ਮੈਂ ਨਹੀਂ ਕਹਿੰਦਾ ਮੇਰੇ ਕੋ ਉੜਿਆ ਮੇਰੇ ਲੋ ਜੇਠ ਚ 5 ਮਿੰਟ ਉੜੇ ਹੋਣ ਮੇਰੇ ਲੋ 10 ਮਿੰਟ ਉੜੇ ਹੋਣ ਕੋਈ ਗਰੰਟੀ ਨਹੀਂ ਕੋਈ ਸ਼ਰੰਟੀ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਸਰ ਅਗਲੀ ਗੱਲ ਆ ਗਈ ਮੈਂ ਸਪੈਸ਼ਲ ਸ਼ੁਕਰੀਆਦਾ ਕਰਦਾ ਆਪਣੇ ਵੀਰਾਂ ਦਾ ਭਰਾਵਾਂ ਦਾ ਬਹੁਤ ਸ਼ੁਕਰੀਆ ਸਰ ਤੁਹਾਡਾ ਅੱਲਾਹ ਤਾਲਾ ਤੁਹਾਨੂੰ ਜ਼ਿੰਦਗੀ ਸਿਹਤ ਤੰਦਰੁਸਤੀ ਦੇਵੇ ਤੁਸੀਂ ਇੰਨਾ ਪਿਆਰ ਕਰਦੇ ਹੋ ਤੁਸੀਂ ਮਾਸ਼ਾਅੱਲਾ ਬੜੇ ਅੱਛੇ-ਅੱਛੇ ਕਮੈਂਟਸ ਕਰਦੇ ਨੇ ਔਰ ਮੇਰੇ ਪਾਕਿਸਤਾਨ ਦੇ ਵੀਰ ਜਿਹੜੇ ਮਲਕੋ ਬਾਹਰ ਬੈਠੇ ਕੋ ਪਾਕਿਸਤਾਨ ਦੇ ਵਿੱਚ ਨੇ ਜਿਹੜੇ ਰਸਤੇ 'ਚ ਹੁੰਦੇ ਜਾਂਦੇ ਮਿਲਦੇ ਨੇ ਮੈਂ ਉਹਨਾਂ ਨੂੰ ਸਪੈਸ਼ਲ ਸਲਾਮ ਪੇਸ਼ ਕਰਦਾ ਔਰ ਫਿਰ ਇੰਡੀਅਨ ਵੀਰ ਆ ਗਏ ਸਰਦਾਰ ਸਿੱਖ ਬਰਾਦਰ ਹੋ ਗਏ ਬਾਕੀ ਵੀ ਜਿਹੜੇ ਵੀਰ ਭਰਾ ਨੇ ਸਾਨੂੰ ਦੇਖਦੇ ਨੇ ਇੰਡੀਆ ਦੇ ਵਿੱਚ ਮੈਂ ਉਹਨਾਂ ਦਾ ਵੀ ਸਪੈਸ਼ਲ ਸ਼ੁਕਰੀਆ ਅਦਾ ਕਰਦਾ ਬਹੁਤ ਸ਼ੁਕਰੀਆ ਸਰ ਤੇ ਬਾਕੀ ਸਰ ਜ਼ਿੰਦਗੀ ਤੋਂ ਦੁਨੀਆ ਤੋਂ ਕੁਝ ਵੀ ਨਹੀਂ ਲੈ ਕੇ ਜਾਣਾ ਇੰਜੋਏਮੈਂਟ ਇੰਜੋਏ ਕਰੋ ਲੈਣਾ ਦੇਣਾ ਵੇਖ ਜਾਣੀ ਸ਼ਹਿਰ ਰਹਿ ਜਾਣੀ ਕੋਈ ਰੋਲਾ ਨਹੀਂ ਮਰ ਜਾਂਦੇ ਮੁੱਕ ਜਾਂਦੇ ਇੰਜੋਏ ਕਰਿਆ ਕਰੋ ਵੀਡੀਓ ਨੂੰ ਕੋਈ ਗਿਲੇ ਸ਼ਿਕਵੇ ਨਹੀਂ ਸਾਰਾ ਪਰਵਾਹ ਜੀ ਕਬੂਤਰ ਮੈਂ ਹਨਾ ਤਕਰੀਬਨ ਮੁੰਡੇ ਕੋ ਕਿ ਹੁਣ ਅੱਜ ਕੱਲ੍ਹ ਵੇਚਦੇ ਆ ਨਾ ਲੋਕਾਂ ਨੇ ਫੜੇ ਤੜੇ ਕਬੂਤਰ ਮੈਨੂੰ ਬੜੇ ਫੋਨ ਹੁੰਦੇ ਆ ਪਾਜੀ ਆ ਕੇ ਕਬੂਤਰ ਮੈਂ ਨਹੀਂ ਲਿਓਨਾ ਮੈਂ ਉਹਨਾਂ ਨੇ ਇੱਕ ਗੱਲ ਕਰਦਾ ਇਸ ਦੋਸਤ ਦੇ ਗਵਾਹੀ ਦੇਣਗੇ ਜਿਨ੍ਹਾਂ ਨੇ ਮੇਨਾਂ ਰਾਤ ਦੇ ਕੀਤੇ ਆ ਮੈਨੂੰ ਕਹਿੰਦਾ ਭਾਜੀ ਆ 100 ਕਬੂਤਰ ਵੇਚਣਾ ਮੈਂ ਕਹਾ ਵੀਰੇ ਆਪਣੀ ਮਰਜ਼ੀ ਦੇ ਕੱਢਨੇ ਆ 5 ਕੱਢਾਂ 10 ਕੱਢਾਂ ਜੇ ਵਾਰੀਜਾਂ ਦੇ ਦੇ ਦਿਓ ਨਹੀਂ ਵਾਰੀ ਤੇ ਰਹਿਣ ਦਿਓ ਹਾਲ ਬਤਾ ਜੇ ਤੁਸੀਂ ਸ਼ੈ ਮਤਲਬ ਕਿ 200 ਮੰਗਦੇ ਤੁਹਾਨੂੰ 500 ਦਊ ਜੇ ਤੁਸੀਂ 400 ਮੰਗਦੇ ਤੁਹਾਨੂੰ 700 ਦਊ ਮਤਲਬ ਗੱਲ ਕਰੰਦਾ ਇਹ ਆ ਕਿ ਆਪਣੀ ਕਿਉਂਕਿ ਮੈਂ ਚੁਣ ਕੇ ਲੈਣੇ ਇਸ ਲਈ ਕੀਮਤ ਜ਼ਿਆਦਾ ਦਊਂਗਾ ਇਹ ਕਬੂਤਰ ਦੇਖਿਓ ਸਰ ਭਵਾਂ ਲਾਓ ਜੋੜੇ ਤੇ ਭਵਾਂ ਇਹਨਾਂ ਨੂੰ ਉਡਾਓ ਲੇਕਿਨ ਗਰੰਟੀਆਂ ਸ਼ਰੰਟੀਆਂ ਕੋਈ ਨਹੀਂ ਮੇਰਾ ਐ ਭਾਈ ਜੀ ਮਤਲਬ ਕਿ ਲਾਲੋ ਸਾਹਿਬ ਵੀ ਤੁਸੀਂ 45ਆਂ 47 ਕਬੂਤਰਾਂ ਦੇ ਵਿੱਚੋਂ ਸਿਰਫ 10 ਕਬੂਤਰ ਲੈ ਗਿਆ ਤੁਹਾਡਾ ਵੀਰ ਅਲਹਮਦੁਲਿਲਾ ਇੱਕ ਤੋਂ ਬਾਅਦ ਇੱਕ ਹੋਏਗਾ ਕੋਈ ਟੈਲੀਫੋਨ ਨੰਬਰ ਕੜੀਆਂ ਵਾਲਾ ਕੋਈ ਇੱਕ ਦੇ ਮੋਹਰ ਵੀ ਲੱਗੀ ਸੀ ਲੇਕਿਨ ਮੋਹਰਾ ਮਿਟੀਆਂ ਵਾ ਫਾਇਦਾ ਦਿਖਾਉਣ ਦਾ ਫਾਇਦਾ ਨਹੀਂ ਕੋਈ ਹੈਗਾ ਤੁਸੀਂ ਕਬੂਤਰ ਦੀ ਮੇਨਟੇਨੈਂਸ ਤੋਂ ਅੰਦਾਜ਼ਾ ਲਾ ਲੈਣਾ ਕਿ ਕਬੂਤਰ ਕਿਹੜੇ ਮਿਆਰ ਦਾ ਵਾ ਸਰ ਇਹ ਚੈੱਕ ਕਰ ਲਓ ਅਗਰ ਕਬੂਤਰ ਜੇ ਲੱਗੇ ਕਿ ਸਾਖੀ ਭਾਈ ਤੈਨੂੰ ਨਹੀਂ ਪਰਖਾਗੀ ਤੈਨੂੰ ਪਛਾਣ ਨਹੀਂ ਹੈਗੀ ਤੇ ਸਰ ਸਾਖੀ ਦੀ ਜੋ ਮਰਜ਼ੀ ਥੱਲੇ ਕਮੈਂਟ ਬਾਕਸ 'ਚ ਗਾਲਾਂ ਕੱਢਿਓ ਜੋ ਮਰਜ਼ੀ ਕਿਓ ਇਹ ਚੈੱਕ ਮੈਂ ਮੇਨਟੇਨ ਕਬੂਤਰ ਲਿਆਂਦੇ ਆ ਅਲਹਮਦੁਲਿਲਾ 10 ਤੇ 10 ਲੇਕਿਨ ਗਾ ਨਸੀਬਾਂ ਦੀ ਗੱਲ ਆ ਮੇਰੇ ਲੋ ਜਾ ਕੇ ਗੇੜੀ ਪਾਉਣ ਮੇਰੇ ਲੋ ਜਾ ਕੇ ਉਡਣ ਜਾਂ ਨਾ ਉਡਣ ਮੈਂ ਜ਼ਿੰਮੇਦਾਰ ਨਹੀਂ ਇਸ ਚੀਜ਼ ਦਾ ਠੀਕ ਆ ਵੀਰ ਜੀ ਇਹ ਸੀਗਾ ਜੀ ਪਹਿਲਾ ਕਬੂਤਰ ਕਬੂਤਰ ਨੰਬਰ ਟੈਡੀ ਸਰ ਇਹ ਚੈੱਕ ਕਰੋ ਟੈਡੀ ਪੱਠਾ ਭਵਾਂ ਲਾਓ ਇਹਨਾਂ ਨੂੰ ਜੋੜੇ ਤਾਂ ਭਵਾਂ ੜਾਓ ਇਹ ਲਾਗੇ ਗੁਲਾਬੀ ਰੰਗ ਸਰ ਤੇ ਇਹ ਨੰਬਰ 1 ਹੋ ਗਿਆ ਜੀ ਸਰ ਇਹ ਇੱਕ ਫਕੀਰ ਗੋਲ ਕਬੂਤਰ ਆ ਭਰਾ ਜੀ ਚੈੱਕ ਕਰੋ ਜਰਾ ਤਸੱਲੀ ਦੇ ਨਾਲ ਠੀਕ ਆ ਜੀ ਹੁਣ نسل ਜਿਹੜੀ ਵੀ ਹੋਵੇ ਲੇਕਿਨ ਇੱਕ ਕਬੂਤਰ ਦੀ ਬਹੁਤ ਕੁਆਲਿਟੀ ਐ ਤੇ ਬਸ ਐਂਡ ਹੋਇਆ ਡਿ ਗਿਆ ਪਿਆ ਸੀਗਾ ਜਦੋਂ ਉਹਨਾਂ ਨੇ ਮਤਲਬ ਕਿ ਮੈਨੂੰ ਦੱਸਿਆ ਨਾ ਵੀ ਇਸ ਕਬੂਤਰ ਦੇ ਪੱਲੇ ਕੁਛ ਨਹੀਂ ਸੀ ਬਚਦਾ ਪੱਚਦਾ ਮਰਿਆ ਵਾ ਪਿਛਲੇ ਜੇੜ ਦਾ ਫੜਿਆ ਕਬੂਤਰ ਆ ਅਸੂ ਜਿ ਵੀ ਨਹੀਂ ਫੜਿਆ ਹੈਗਾ 2022 ਦੇ ਜੇੜ ਦਾ ਠੀਕ ਆ ਵੀਰ ਜੀ ਇਹ ਇਹ ਚੈੱਕ ਕਰੋ ਸਾਰੇ ਇਹਦੇ ਫੰਟ ਆ ਇਹ ਚਿੱਟੇ ਕੰਨ ਇਹ ਦੇਖੋ ਮੈਂ ਕਾਹਤੋ ਗਿਆ ਫਕੀਰ ਗੁੱਲ ਜਾਂ ਛਾਤਾ ਵਾਲੇ ਕਰਾਚ ਬਣਿਆ ਕਬੂਤਰ ਪਿਓਰਿਟੀ ਜੀ ਨਹੀਂ ਹੈਗਾ ਇਹ ਚੈੱਕ ਕਰੋ ਜ਼ਰਾ ਸਲੇਟੇ ਪਰ ਚੈੱਕ ਕਰੋ ਤੇ ਇਹ ਪੱਲੇ ਦੇਖ ਲਓ ਵੀਰ ਜੀ 10 ਕਬੂਤਰ ਆ ਜੀ ਇੱਕ ਤੋਂ ਬਾਅਦ ਇੱਕ ਕਬੂਤਰ ਇਨਸ਼ਾਅੱਲਾ ਹੋਏਗਾ ਇੱਕ ਤੋਂ ਬਾਅਦ ਇੱਕ ਸਹੀ ਆ ਜੀ ਇਹ ਚੈੱਕ ਕਰੋ ਲੋਹੇ ਦੀ ਕੜੀ ਵੀ ਪਈ ਆ ਜੀ ਨੰਬਰ ਇਹਦੇ ਤੇ ਲਿਖਿਆ ਵਾ ਜੀ 4 ਨੰਬਰ ਦੀ ਕੜੀ ਪਈ ਆ ਜੀ 4 ਨੰਬਰ ਕੜੀ ਆ 4/21 4/2 ਕੜੀ ਪਈ ਆ ਲੋਹੇ ਦੀ ਸਰ 4/2 ਇਹ ਚੈੱਕ ਕਰੋ ਲੋਹੇ ਦੀ ਕੜੀ ਪਈ ਠੀਕ ਆ ਜੀ ਵੀ ਇਹ ਕਬੂਤਰ ਹੈ ਤੁਹਾਨੂੰ ਇਨਸ਼ਾਅੱਲਾ ਜਦੋਂ ਛੱਡ ਕੇ ਦਊ ਤੁਸੀਂ ਆਪ ਇਹਨਾਂ ਦੀ ਖਲੋਨੀ ਬੈਣੀ ਦੇਖ ਕੇ ਕਹੋਗੇ ਸਾਖੀ ਭਾਈ ਬ੍ਰਾਂਡ ਹੀ ਲਿਆਂਦੇ ਬ੍ਰਾਂਡ ਠੀਕ ਆ ਨਾ ਬ੍ਰਾਂਡ ਲੋ ਭਾਈ ਜਾਨ ਇਹ ਸ਼ਿਕਰੀ ਮਾਦੀ ਦੇਖ ਲੋ ਸਰ ਸਲਾਰੀ ਸ਼ਿਕਰੀ ਠੀਕ ਹੈ ਜੀ ਵੀਰ ਜੀ ਗੱਲ ਹੈਗੀ ਸਿੱਧੀ ਜੀ ਭਰਾ ਜੀ ਜਿਹਨੂੰ ਸਮਝ ਆਉਂਨੇ ਲੈ ਲੈਣੇ ਲੇਕਿਨ ਕਬੂਤਰ ਮੇਰੀ ਸਮੇਂ ਨਾਲ ਮੈਨੂੰ ਤੋਂ ਬੜੇ ਪਸੰਦ ਆਏ ਆ ਸਹੀ ਹੈ ਜੀ ਮੈਂ ਪੈਸੇ ਖਰਚੇ ਸ਼ਾਇਦ ਮੈਨੂੰ ਤੋਂ ਪਸੰਦ ਆਏ ਹੋਣ ਹੁਣ ਤੁਸੀਂ ਖਰਚੇ ਨੇ ਤੇ ਸ਼ਾਇਦ ਤੁਹਾਨੂੰ ਹੋਣ ਜਾਂ ਨਾ ਹੋਣ ਇਹ ਚੈੱਕ ਕਰੋ ਮਾਦੀ ਦੇ ਪੱਲੇ ਠੀਕ ਹੈ ਨਾ ਇਹ ਦੇਖ ਲੋ ਕਿੱਦੇ ਤੇਜ਼ ਪਰਾਂ ਦੇ ਭਾਜੀ ਇਹਦੇ ਚ ਜੋੜੇ ਵੀ ਤੁਸੀਂ ਇੱਕ ਦੋ ਬਣਾ ਸਕਦੇ ਆ ਸ਼ਿਕਰੇ ਕਬੂਤਰ ਜਾਂ ਸ਼ਿਕਰਾ ਮਾਸ਼ਾਅੱਲਾ ਕਬੂਤਰੀ ਵੀ ਕਲੀਜ਼ ਪਈ ਹੈ ਮਾਦੀ ਐਸੇ ਜਨਾਬਾ ਇਹ ਚੈੱਕ ਕਰੋ ਤੇ ਇਹ ਦੇਖੋ ਜੀ ਪੰਜੇ ਕਾਲੇ ਪੰਜਿਆਂ ਵਾਲੀ ਆ ਇਹ ਚੈੱਕ ਕਰ ਲਓ ਠੀਕ ਆ ਜੀ ਇਹ ਦੇਖੋ ਸ਼ਿਕਰੀ ਰੰਗ ਰੂਪ ਚੈੱਕ ਕਰ ਲਓ ਭਾਜੀ ਇਹ ਨਹੀਂ ਵੀ ਕਦੀ ਕਿਸੇ ਜਾਲ ਦੇ ਫੜੇ ਕਦੀ ਕਿਸੇ ਜਾਲ ਦੇ ਡੇਰੇ ਵਾਲੀ ਗੇਮ ਤੁਸੀਂ ਕਹਿ ਸਕਦੇ ਹੋ ਕਬੂਤਰਾਂ ਨੂੰ ਦਸਾਣ ਸਮਝ ਗਏ ਹਨਾ ਸਮਝੋ ਡੇਰਾ ਵੀ ਆ ਤੇ ਸ਼ਹਿਰ ਵੀ ਆ ਇਹ ਭਾਈ ਜਾਨ ਇਹਦੇ ਬਾਰੇ ਦੱਸ ਦੇ ਦੇ ਕਿ ਅੱਠ ਪਰ ਦੀ ਬੱਟਪੱਠੀ ਸੀਗੀ ਜਦੋਂ ਅਸੀਂ ਫੜੀ ਆ ਤੇ ਇਹ ਵੀ ਬਸ ਨਾ ਰਾਤ ਰਹਿ ਕੇ ਅਗਲੇ ਦਿਨ ਫੜੀ ਸੀਗੀ ਜੀ ਬਹੁਤ ਵਗੀ ਪੂਰਾ ਇਲਾਕਾ ਖੱਜਲ ਹੋਈ ਕਬੂਤਰੀ ਲੇਕਿਨ ਕਿਸੇ ਦੇ ਬਿੰਦੀ ਨਹੀਂ ਸੀਗੀ ਹੈਗੀ ਠੀਕ ਆ ਵੀਰ ਜੀ ਤੇ ਇਹ ਡਿਗੀ ਆ ਸਮਝ ਗਏ ਨਾ ਇਹ ਤੇ ਕੜੀ ਪੈਰ ਚ ਪੈਸੇ ਮੈਨੂੰ ਤਾਂ ਨਿਸ਼ਾਨੀ ਆ ਇਹ ਜਿਹੜੀ ਕੜੀ ਐ ਹੀਓ ਸਹੀ ਆ ਵੀਰ ਜੀ ਇਹ ਮੈਂ ਤੁਹਾਨੂੰ ਦੱਸਿਆ ਵੀ ਮੈਂ ਇਹਨਾਂ ਕਬੂਤਰਾਂ ਦੇ ਪੈਸੇ ਖਰਚ ਕੇ ਆਇਆ ਕਿਸੇ ਗੱਲ ਨਾਲ ਹੀ ਖਰਚੇ ਚੈੱਕ ਕਰੋ ਜ਼ਰਾ ਪੱਲੇ ਦੇ ਐ ਲੋ ਅਗਰ ਨਹੀਂ ਉਹ ਲੈਵਲ ਦੇ ਮਿਆਰ ਦੇ ਕਬੂਤਰ ਜੇਸ ਮਿਆਰ ਨਾਲ ਮੈਂ ਲੈ ਐ ਚੈੱਕ ਕਰੋ ਦਮ ਤੇ ਸਾਖੀ ਭਾਈ ਨੂੰ ساری ਤੁਸੀਂ ਜੋ ਸਜ਼ਾ ਦੇਵੋਗੇ ਕਹਿ ਸਕਦੇ ਹੋ ਜਨਾਬ ਜੋ ਗੱਲ ਕਰੋਗੇ ਅਸੀਂ ਰਿਸੀਵ ਕਰਾਂਗੇ ਜਨਾਬ ਤੁਹਾਡੀ ਮਸਰ ਮੱਥਾ ਦੇ ਇਹ ਪੱਟੀ ਦੇ ਮਤਲਕ ਐ ਇਨਫੋਰਮੇਸ਼ਨ ਸਿਗੀ ਤੇ ਮੈਨੂੰ ਇਹ ਪੱਠੀ ਬਸਾਤੇ ਖੁਦ ਬੜੀ ਪਸੰਦ ਆਈ ਤੇ ਮੈਂ ਇਹਦੇ ਵਿੱਚੋਂ ਜੋੜਾ ਅਗਰ ਸੱਜ ਸਪਲੱਸ ਕਰੋਗੇ ਤੇ ਮੈਂ ਭਾਜੀ ਇਹਦੇ ਵਿੱਚੋਂ ਇੱਕ ਜੋੜਾ ਇਹ ਜਿਹੜਾ ਤਫਕੀਰ ਗੋਲ ਕਬੂਤਰ ਨੂੰ ਕਹੂੰਗਾ ਲਾ ਲਓ ਐਸ ਮਾਦੀ ਦਾ ਬਾਰੇ ਇਨਫੋਰਮੇਸ਼ਨ ਇਹ ਆ ਸਰ ਇਹ ਮਾਦੀ ਕੱਟੀ ਫੜੀ ਆ ਜੀ ਬਰੀਡਰ ਲੱਗਦੀ ਆ ਹੈਗੀ ਵੀ ਬਰੀਡਰ ਆ ਚੈੱਕ ਕਰੋ ਜ਼ਰਾ ਕੱਟੀ ਹੋਈ ਮਾਦੀ ਫੜੀ ਸੀਗੀ ਜਨਾਬ ਇਹ ਦੇਖ ਲਓ ਜਨਾਬ ਇਹ ਇਹ ਚੈੱਕ ਕਰ ਲਓ ਜੀ ਸ਼ੋਅ ਕਰ ਲਓ ਠੀਕ ਆ ਵੀਰ ਜੀ ਇਹ ਹੁਣ ਵੀ ਕੱਟੀ ਆ ਜੀ ਇੱਦਾਂ ਹੀ ਛੱਡਤੀ ਅਗਲਿਆਂ ਨੇ ਇਹ ਚੈੱਕ ਕਰੋ ਜੀ ਇਹ ਦੇਖੋ ਹਜੇ ਵੀ ਕੱਟੀ ਹੋਈ ਮਾਦੀ ਆ ਸਹੀ ਕਹਿੰਦੇ ਸੀਗੇ ਭਰਾ ਜੀ ਨਾ ਝੂਠ ਮਾਰੀ ਦਾ ਤੇ ਨਾ ਝੂਠ ਸੁਣੀ ਦਾ ਦੇਖੋ ਕੜੀ ਵੀ ਪਈ ਤੇ ਪੰਜੇ ਖੁਸ਼ਕ ਗਹਿਰੇ ਕੜੀ ਵੀ ਜੋੜਿਆਂ ਵਾਲੀ ਪਈ ਆ ਜਨਾਬ ਇਹ ਦੇਖੋ ਪੰਜੇ ਇਹ ਮਾਦੀ ਜਨਾਬ ਠੀਕ ਆ ਬਾਜੀ ਪਰਿੰਦੇ ਦੇਖੋ ਤੁਸੀ ਮਜ਼ਾ ਆਏਗਾ ਤੁਹਾਨੂੰ ਇਨਸ਼ਾਅੱਲਾ ਪਰਿੰਦੇ ਲੈਣ ਦਾ ਵੀ ਤੇ ਚਸਾਉਣੀਆਂ ਜਨਾਬ ਇਹ ਬਾਜੀ ਦੇਖੋ ਮਾਦੀ ਇਹ ਵੀ ਉੜੀ ਹੋਈ ਚੰਗੀ ਮਾਦੀ ਆ ਜੀ ਲੱਗਣ ਵੀ ਲਈ ਆ ਇਹ ਅਸੂ ਜੀ ਜਨਾਬ ਰਾਤ ਰਹੀ ਮਾਦੀ ਆ ਮਾਸ਼ਾਅੱਲਾ ਇਹ ਜਿਹੜੇ ਠੀਕ ਆ ਭਰਾ ਜੀ ਇਹ ਅਸੂ ਦੀ ਮਾਦੀ ਆ ਕਿਉਂਕਿ ਮੁੰਨੂ ਵੀ ਮੈਂ ਦੇਖੋ ਨਾ ਇੰਨੇ ਕਬੂਤਰਾਂ ਚੋਂ ਕੱਲਾ ਕੱਲਾ ਆਪਣੀ ਮਰਜ਼ੀ ਨਾਲ ਚੁਣਿਆ ਫਿਰ ਉਹਨਾਂ ਕੋਲ ਪੁੱਛਿਆ ਹਜੇ ਇੱਕ ਦੋ ਕਬੂਤਰ ਮੇਰੇ ਰਹਿ ਗਏ ਇਹ ਦੇਖੋ ਮਾਦੀ ਦੇ ਪੱਲੇ ਹੁਣ ਦੱਸੋ ਸਾਕੀ ਭਾਈ ਨੇ ਕੋ ਮਾੜੀ ਸ਼ਾਇਦ ਨਹੀਂ ਲੱਭੀ ਇਹ ਚੈੱਕ ਕਰੋ ਮਾਦੀ ਦੇ ਪਰ ਦੇਖ ਲਓ ਤੁਸੀਂ ਭਾਜੀ ਇਹ ਹੀ ਬ੍ਰਾਂਡ ਹੁੰਦੇ ਉਡਣ ਵਾਲੇ ਦੁੰਮਾ ਚੈੱਕ ਕਰੋ ਸਾਰੇ ਕਬੂਤਰਾਂ ਦੀ ਇੱਕ ਪੱਤੇ ਦੀ ਦਮ ਸਾਰੇ ਜਿੱਦਾਂ ਮਰਜ਼ੀ ਐਂ ਕਰੋ ਤਾਂ ਨਾ ਇਥੋਂ ਘੁੱਟਣ ਦੀ ਲੋੜ ਆ ਇੱਕ ਪੱਤੇ ਵਾਲੀ ਦੁੰਮਾ ਇਹ ਦੇਖ ਲਓ ਤੇ ਇਹ ਚੈੱਕ ਕਰੋ ਪੰਜੇ ਸਾਰ ਇੱਕ ਅੜੀ ਵੀ ਪਾਈ ਇਹਨੂੰ ਜਨਾਬ ਇਹ ਮਾਦੀ ਠੀਕ ਹੈ ਜੀ ਜਿਹੜੇ ਵੀਰ ਕਹਿੰਦੇ ਸੀ ਨਾ ਕੋ ਅੱਛੇ ਬ੍ਰਾਂਡਡ ਕਬੂਤਰ ਆ 10 ਕਬੂਤਰ ਹੀ ਲਿਆਂਦੇ ਵੀਰ ਨੇ ਇਹ ਕਬੂਤਰ ਵੀ ਦੇਖੋ ਜੀ ਇਹ ਕਹਿੰਦੇ ਸੀਗੇ ਜੋੜਿਆਂ ਵਾਲਾ ਕਬੂਤਰ ਕਿਸਦਾ ਆ ਵਾ ਅਸੀਂ ਫੜਿਆ ਵਾ ਲੇਕਿਨ ਭਾਜੀ ਮੈਂ ਵੀ مشਵਰਾ ਹੀ ਦਊਂਗਾ ਇਸ ਕਬੂਤਰ ਨੂੰ ਜੋੜੇ ਲਾ ਰਿਹਾ ਕਬੂਤਰ ਨਾਲ ਗਵਾਇਓ ਠੀਕ ਆ ਜੀ ਇਹ ਮੇਰੇ ਕੋ ਹੈਗੀ ਆ ਕਹਿੰਦਾ ਇੱਕ ਜੰਗਲੀ ਬਰੀਡ ਆ ਮੇਰੇ ਚੀਨੇ ਇਹ ਬਿਲਕੁਲ ਸੇਮ ਉਹਦੀ ਕਾਪੀ ਆ ਇਹ ਕਬੂਤਰ ਨੂੰ ਜਿਹੜਾ ਵੀਰ ਵੀ ਮੇਰੇ ਕੋ ਗੇਮ ਇਹ ਲਵੇ ਉਹ ਵੀਰ ਮੇਰਾ ਕਬੂਤਰ ਨਾ ਜ਼ਾਇਆ ਕਰੇ ਸਰ ਇਹ ਚੈੱਕ ਕਰ ਲੋ ਇਸ ਕਬੂਤਰ ਨੂੰ ਬਰੀਡਿੰਗ ਇਹਦੇ ਵਿੱਚੋਂ ਇੱਕ ਮਾਦੀ ਨਾਲ ਜੋੜੇ ਲਾ ਲਿਓ ਤੇ ਨਜ਼ਾਰੇ ਲਿਓ ਕਿ ਤੇ ਜ਼ਿੰਦਗੀ ਰਹੀ ਤੁਸੀਂ ਆਪ ਕਹੋਗੇ 사ਕੀ ਭਾਈ 사ਕੀ ਤੂੰ ਤਾਂ ਬੜਾ ਵੱਡਾ ਫਨਕਾਰ ਆ ਵਈ ਸਾਨੂੰ ਜੋੜੇ ਵੀ ਲਵਾ ਤੇ ਚੈੱਕ ਕਰੋ ਕੜੀ ਕੜੀ ਵੀ ਜੋੜਿਆਂ ਲਈ ਪਈ ਆ ਸਾਰਾ ਚੈੱਕ ਕਰੋ ਜ਼ਰਾ ਤੇ ਇਹ ਪੰਜੇ ਤੇ ਇਹ ਰੰਗੀ ਚੀਨਾ ਜਦੋਂ ਮੈਂ ਖਲਾਰ ਕੇ ਦਿਖਾਉਣਾ ਫਿਰ ਤੁਸੀਂ ਦੇਖੋਗੇ ਆਪ ਹੀ ਵਾਕੀ ਕੋਈ ਬ੍ਰਾਂਡ ਆ ਠੀਕ ਆ ਜੀ ਲੋ ਭਾਈ ਜਾਨ ਇਹ ਵੀ ਚੈੱਕ ਕਰੋ ਜ਼ਰਾ ਪੱਠੇ ਭਾਜੀ ਜੋੜਿਆਂ ਵਾਲੀ ਮਾਦੀ ਆ ਵੀ ਚੀਨੇ ਨੂੰ ਇਸ ਕਬੂਤਰੀ ਨਾਲ ਲਾ ਲਿਓ ਜਨਾਬ ਨਜ਼ਾਰੇ ਲੈਣੀਆਂ ਤਾਂ ਭਾਵੇਂ ਇਹਨਾਂ ਲਾ ਲੀਓ ਭਾਵੇਂ ਇਹਨਾਂ ਮਰਜ਼ੀ ਲਾ ਲਓ ਜੇ ਅਡਾਉਣੇ ਤੇ ਇਹਨਾਂ ਨੂੰ ਪੱਟ ਕੇ ੜਾਓ ਜੇਠ ਦੇ ਇਹ ਜੇਠ ਦੇ ਨਗਵਾ ਸਾਰੇ ਵਿੱਚ ਇੱਕ ਅਧਈਆ ਜਿਹੜਾ ਅਸੂਜ ਰਾਤ ਰਿਆ ਕੋ ਫੜਿਆ ਚੈੱਕ ਕਰੋ ਜ਼ਰਾ ਮਾਦੀ ਦੇ ਪੱਲੇ ਦੇਖੋ ਤਾਂ ਹੁਣ ਆਪਣੀ ਮਾਨ ਤਾਂ ਇਹਨਾਂ ਤੁਸੀਂ ਦੱਸਣਾ ਸਾਕੀ ਭਾਈ ਨੇ ਵਾਕੇ ਹੀ ਮਿਆਰ ਬਣਾਇਆ ਕਿ ਨਹੀਂ ਬਣਾਇਆ ਮਿਆਰ ਤਾਂ ਸਰ ਗੰਦਾ ਵਾਲੇ ਕਬੂਤਰ ਆਪਾਂ ਬਥੇਰੇ ਲੱਭਦੇ ਆ ਨਿਕਲ ਨਹੀਂ ਲਈਦੇ ਰੋਜ਼ ਸੋਣੋਂ ਦੇ ਫੜੇ ਜਾਲਾਂ ਦੇ ਲੈ ਜਿਓ 300 ਰੁਪਏ ਨਾ 250 ਰੁਪਏ ਨਾ ਮੈਂ ਨਹੀਂ ਲੈਣਾ ਇਹਦੀਆਂ ਦੇਖੋ ਆ ਚੈੱਕ ਕਰਿਓ ਬਗਲਾ ਇਹ ਬਗਲਾ ਇਹਨਾਂ ਪੱਲਿਆਂ ਨਾਲੋਂ ਵੱਡੀਆਂ ਚੈੱਕ ਕਰੋ ਜ਼ ਐ ਦੇਖੋ ਹੁਣ ਐ ਲੋ ਦੇਖੋ ਹੋਰ ਭਾਜੀ ਪਤਾ ਨਹੀਂ ਕੀ ਕੁਆਲਿਟੀ ਕਹਿੰਦੇ ਆ ਕਬੂਤਰਾਂ ਨੂੰ ਇਹੀ ਨਾਮਿਨੇਟ ਆ ਸਾਰੇ ਕਬੂਤਰ ਸਿਰ ਸਾਫ ਸੂਫਾ ਹੋਣ ਵਾਲੇ ਆ ਜਦੋਂ ਦਵਾਈ ਦਵਾਈ ਦੇ ਕੇ ਪਟਾਈ ਦਿੱਤੀ ਤੁਸੀਂ ਪਛਾਨਣੀ ਨਹੀਂ ਇਹਨਾਂ ਕਬੂਤਰ ਐ ਦੇਖੋ ਜੀ ਪੱਕੀਆਂ ਅੱਖਾਂ ਦੀ ਕਬੂਤਰੀ ਜੋਂ ਸਰੀ ਇਹ ਜਿਹੜੇ ਪੱਕੀਆਂ ਅੱਖਾਂ ਦੇ ਸਰਕਾਰ ਕਬੂਤਰ ਹੁੰਦੇ ਆ ਠੀਕ ਆ ਜੀ ਭਾਜੀ ਇਹ ਇਹ ਚੈੱਕ ਕਰੋ ਜਰਾ ਦੇ ਪੱਲੇ ਪੱਲੇ ਸਾਰਿਆਂ ਦੇ ਦੇਖੋ ਤੁਸੀਂ ਦੇਖੋ ਤਾਂ ਹੁਣ ਇੱਕ ਵੀ ਕਬੂਤਰ ਦਾ ਪਰ ਮਾੜਾ ਹੋਵੇ ਕਬੂਤਰ ਮਾੜਾ ਹੋਵੇ ਤੇ ਫੇਰ ਗੱਲ ਕਰਿਓ ਸਰ ਐਲੋ ਅਲਹਮਦੁਲਿਲਾ ਜੀ ਇਹ ਫਰਾਂਸੇ ਕਬੂਤਰਾ ਜੋ ਬਣੀ ਹੋਈ ਮਾਦੀ ਹੈ ਪੱਕੇ ਪੱਕੀਆਂ ਅੱਖਾਂ ਦੀ ਇਹ ਲੋ ਜੀ ਨੌ ਹੋ ਗਏ ਜੀ ਨਾਲ ਲੋ ਭਾਈ ਜਾਨ ਇਹ ਵੀ ਦੇਖ ਲੋ ਪੱਠੀ ਜਾਂ ਕਪੱਠਾ ਇਹ ਪੱਕੀਆਂ ਅੱਖਾਂ ਦੇ ਕਬੂਤਰ ਉੜਦੇ ਵੀਰ ਜੀ ਇਹ ਇਹ ਵੀ ਚੈੱਕ ਕਰ ਲੋ ਇਹ ਲੋ ਦੇਖੋ ਤਾਂ ਪੱਲੇ ਦੇਖੋ ਮਾਸ਼ਾਅੱਲਾ ਇਹਦੇ ਹੁਣ ਇਹ ਨਹੀਂ ਪਤਾ ਪੱਠੀ ਅੱਛਾ ਕਿ ਕਬੂਤਰੀ ਕਹੀ ਹੋਵੇ ਕਬੂਤਰ ਨਿਕਲੇ ਕਿਸੇ ਨੂੰ ਕਬੂਤਰ ਗਿਆ ਹੋਵੇ ਕਬੂਤਰੀ ਨਿਕਲੇ ਤੇ ਮੇਰਾ ਵੀਰਾ ਕੋਈ ਗਿਲਾ ਸ਼ਿਕਵਾਣਾ ਕਰਿਓ ਕਿਉਂਕਿ ਨਹੀਂ ਬੰਦੇ ਨੂੰ ਕਈ ਵਾਰੀ ਅੰਦਾਜ਼ਾ ਰਹਿੰਦਾ ਹਨਾ ਕਿਹੜਾ ਰੋਜ਼ ਜਿਹੜਾ ਆਪਣੇ ਕਬੂਤਰਾਂ ਨੂੰ ਦੇਖਦਾ ਉਹਦਾ ਤਾਂ ਪਤਾ ਲੱਗ ਜਾਂਦਾ ਵਾ ਜਿਹੜੇ ਕਿਸੇ ਦੇ ਹੁੰਦੇ ਉਹਨਾਂ ਦਾ ਫਿਰ ਨਹੀਂ ਪਤਾ ਲੱਗਦਾ ਹੁੰਦਾ ਵੀ ਆ ਮਾਦੀ ਆ ਜਾਂ ਨਰ ਵਾ ਕਈ ਵਾਰ ਬੰਦਾ ਕਹਿ ਤੇ ਦਿੰਦਾ ਲੇਕਿਨ ਉਹ ਆਈਡੀਆ ਨਹੀਂ ਹੁੰਦਾ ਐ ਲੋ ਜੀ ਆ ਚੈੱਕ ਕਰੋ ਸਰ ਇਹਨਾਂ ਦੀ ਖਲੋਣੀ ਬੈਣੀ ਚੈੱਕ ਕਰੋ ਤੁਸੀਂ ਕਬੂਤਰਾਂ ਦੀ ਇਹ 10 ਕਬੂਤਰ ਆ ਭਾਜੀ ਦੇਖ ਲਓ ਕੋ ਕਬੂਤਰ ਇਹਨਾਂ ਦੇ ਇੱਕ ਵੀ ਮਾੜਾ ਹੋਵੇ ਤੇ ਸਾਕੀ ਭਾਈ ਤੂੰ ਅਸੇ ਜ਼ਰੂਰ ਸਾਕੀ ਭਾਈ ਤੂੰ ਮਾੜਾ ਕਿਹਾ ਨਹੀਂ ਸੀਗਾ ਲੇਕਿਨ ਨਿਕਲੇ ਆਏ ਮਾੜਾ ਠੀਕ ਆ ਜੀ ਉਹ ਬਹਿ ਜਾ ਭਾਈ ਟੇਕ ਕੇ ਬਹਿ ਜਾ ਆ ਜਾਲੀ ਨਾਲ ਚਿਮੜਨ ਵਾਲੇ ਕੰਮ ਨਹੀਂ ਤੁਹਾਡੇ ਹੋਣੇ ਚਾਹੀਦੇ ਇੱਥੇ ਕਪੜਾ ਤੇ ਬੈਹਜੋ ਤਾਂ ਇਹ ਦੇਖ ਲੋ ਜੀ ਤੁਰਦੇ ਫਿਰਦੇ ਦੇਖ ਲੋ ਦੋਸਤੋ ਇਹ ਚੈੱਕ ਕਰੋ ਠੀਕ ਹੈ ਜੀ ਇਹ ਕਬੂਤਰ ਮੋਰੇ ਚੀਨਾ ਖੜਾ ਚੈੱਕ ਕਰੋ ਜਰਾ ਤੁਹਾਨੂੰ ਪਤਾ ਲੱਗੇ ਦੇਖ ਲੋ ਵੀਰ ਜੀ ਇਹ ਵਾਜੀ 10 ਪੱਟੀਆਂ ਪੱਠੇ ਇਹ ਕਬੂਤਰ ਉਹ ਦੇਖੋ ਸਾਹਮਣੇ ਪਿੱਛੇ ਫਕੀਰ ਕੋਲ ਜਿਹਨੂੰ ਮੈਂ ਕਿੰਨਾ ਸੀ ਠੀਕ ਹੈ ਜੀ ਇਹ 10 ਕਬੂਤਰ ਅਗਰ ਕਿਸੇ ਵੀਰ ਭਰਾ ਨੂੰ ਚਾਹੀਦੇ ਹੋਏ 03067085082 ਤੇ ਮੇਰਾ رابطہ ਕਰੇ WhatsApp ਮੈਸੇਜ ਕਰੇ ਕਾਲ ਮੇਰੇ ਨੰਬਰ ਤੇ ਹੁੰਦੀ ਪਰਵਾਜੀ ਕਬੂਤਰ ਆ ਜੀ ਮੇਰੇ ਕੋਲ ਲਾਓ ਮੇਰੇ ਕੋਲ ਜੋੜੇ ਲਾਓ ਫਿਰ ਅਗਲੀ ਗੱਲ ਫੇ ਭਰਾ ਜੀ ਇਹ ਉਡਣ ਭਵਾਂ 1 ਮਿੰਟ ਉਡਣ 2 ਮਿੰਟ ਉਡਣ ਮੈਂ ਗੱਲ ਨਹੀਂ ਕਿਸੇ ਦੀ ਸੁਣਨੀ ਵਾਰੇ ਚ ਉਹਨਾਂ ਤੇ ਲੈਣੇ ਨਹੀਂ ਵਾਰੇ ਚ ਉਹਨਾਂ ਤੇ ਰਹਿਣ ਦੇਣੇ ਬਸ ਬਹੁਤ ਸ਼ੁਕਰੀਆ ਦੇਖ ਲੋ ਬਾਕੀ ਸਰ ਇਹ ਮਿਆਰ ਆ ਕਬੂਤਰਾਂ ਦਾ ਅੱਗੇ ਵਾਰੇ ਚ ਆਵੇ ਤਾਂ ਸਰ ਬਿਸਮਿਲ੍ਲਾ ਜੀ ਨਾ ਵਾਰੇ ਚ ਆਵੇ ਤਾਂ ਕੋਈ ਗੱਲ ਨਹੀਂ ਕੋਈ ਗਿਲਾ ਸ਼ਿਕਵਾਨੀਆ ਚੱਕਰ ਉਹ ਚੀਨਾ ਕਬੂਤਰ ਕੱਲ ਲਾਈ ਭਾਜੀ ਕਬੂਤਰ ਬੱਬਰ ਸ਼ੇਰ ਆ ਇਹਦੇ ਚ ਇੱਕ ਜੋੜਾ ਹੀ ਬਣਾ ਲਓ ਬਸ ਇਹ ਜੋ ਸਹੀ ਕਬੂਤਰ ਠੀਕ ਆ ਵਾਵਾ ਦਿਨਾਂ ਬਾਅਦ ਅੱچھے ਕਬੂਤਰ ਹੁਣ ਮਾਸ਼ਾਅੱਲਾ ਲੱਭੇ ਉਹਦੋਂ ਵੀ ਵੈਸੇ 30 ਕਬੂਤਰ ਹੀ ਬੜੇ ਅੱਛੇ ਸੀਗੇ ਲੇਕਿਨ ਇਹ ਉਹਨਾਂ ਨਾਲ ਵੀ ਬਿਹ ਬਹੁਤ ਸ਼ੁਕਰੀਆ ਦੋਸਤੋ ਅੱਲਾ ਫੀਜਾਕਮ